ਦਾ ਸਮਰਨੇ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਮਨਪ੍ਰੀਤ ਸਮਰਾ ਸੋ ਗੱਲ ਸ਼੍ਰੋਮਣੀ ਅਕਾਲੀ ਦਲ ਦੀ ਕਰੀਏ ਤਾਂ ਪਾਰਟੀ ਦੇ ਵਿੱਚ ਸਿਆਸੀ ਸੰਕਟ ਦੇ ਬੱਦਲ ਛਾਏ ਹੋਏ ਨੇ ਤੇ ਇਸ ਦੇ ਵਿਚਾਲੇ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਵੀ ਤਬਦੀਲ ਕਰਨ ਦੀ ਜਿਹੜੀ ਅਸੀਂ ਕਹਿ ਸਕਦੇ ਹਾਂ ਕਿ ਮੁਹਿੰਮ ਵੀ ਸ਼ੁਰੂ ਹੋਈ ਇਸ ਨੂੰ ਲੈ ਕੇ ਅੰਮ੍ਰਿਤਸਰ ਤੇ ਵਿੱਚ ਮੀਟਿੰਗਾਂ ਵੀ ਹੁੰਦੀਆਂ ਨੇ ਤੇ ਉਸ ਤੋਂ ਬਾਅਦ ਪਾਰਟੀ ਦੇ ਵਿੱਚ ਹਲਚਲ ਵੀ ਹੋਈ ਹੈ ਤੇ ਹੁਣ ਸੀਨੀਅਰ ਆਗੂ ਦੱਸ ਰਹੀ ਹੈ ਕਿ ਪਾਰਟੀ ਦੇ ਸੀਨੀਅਰ ਆਗੂ ਚਗਮੀਤ ਸਿੰਘ ਬਰਾੜ ਹੋਰਾਂ ਦੇ ਵੱਲੋਂ ਸੁਖਬੀਰ ਸਿੰਘ ਬਾਦਲ ਨੂੰ ਪੱਤਰ ਲਿਖਿਆ ਗਿਆ ਇਸ ਪੱਤਰ ਦੀ ਅੱਜ ਅਸੀਂ ਚਰਚਾ ਕਰਾਂਗੇ ਮੇਰੇ ਨਾਲ ਦਸ ਮਰ ਨਿਊਜ਼ ਦੇ ਸੀਨੀਅਰ ਐਡੀਟਰ ਤਰਲੋਚਨ ਜੀ ਮੌਜੂਦ ਨੇ ਤਰਲੋਚਨ ਜੀ ਅੱਜ ਜਗਮੀਤ ਸਿੰਘ ਬਰਾੜ ਹੋਰਾਂ ਦੇ ਵੱਲੋਂ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਇੱਕ ਪੱਤਰ ਲਿਖਿਆ ਗਿਆ ਇਸ ਪੱਤਰ ਦੇ ਤੁਸੀਂ ਅਰਥ ਕੀ ਸਮਝਦੇ ਹੋ ਦੇਖੋ ਸ਼੍ਰੋਮਣੀ ਅਕਾਲੀ ਦਲ ਜਿਹਨੂੰ ਬਹੁਤ ਬੁਰੀ ਤਰ੍ਹਾਂ ਹਾਰ ਮਿਲੀ ਹੈ 2022 ਦੀ ਵਿਧਾਨ ਸਭਾ ਚੋਣਾਂ ਵਿੱਚ ਉਸ ਤੋਂ ਬਾਅਦ ਨਿਰੰਤਰ ਸ਼੍ਰੋਮਣੀ ਅਕਾਲੀ ਦਲ ਦੇ ਆਪਣੇ ਜਿਹੜੇ ਲੀਡਰ ਨੇ ਉਹ ਕਿਸੇ ਨਾ ਕਿਸੇ ਰੂਪ ਵਿੱਚ ਸਵਾਲ ਖੜੇ ਕਰ ਰਹੇ ਨੇ ਔਰ ਮੋٹے ਤੌਰ ਤੇ ਅੰਦਰਲੇ ਜਾਂ ਬਾਹਰਲੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਨੇ ਉਹ ਅਸਿੱਧੇ ਢੰਗ ਨਾਲ ਇਹ ਗੱਲ ਕਹਿ ਰਹੇ ਨੇ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਬਚਾਉਣ ਲਈ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਜਾਂ ਬਾਦਲ ਪਰਿਵਾਰ ਆ ਉਨ੍ਹਾਂ ਨੂੰ ਕਿਸੇ ਨਾ ਕਿਸੇ ਰੂਪ ਵਿੱਚ ਪਿੱਛੇ ਹੋ ਕੇ ਨਵੀਂ ਲੀਡਰਸ਼ਿਪ ਲਿਆਉਣੀ ਚਾਹੀਦੀ ਹੈ ਇਹ ਬਹੁਤ ਵੱਡਾ ਇੱਕ ਬਵਾਲ ਖੜਾ ਹੋਇਆ ਅੱਜ ਵੀ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਦਫ਼ਤਰ ਚੰਡੀਗੜ੍ਹ ਚ ਮੀਟਿੰਗ ਚੱਲ ਰਹੀ ਹੈ ਸੁਖਬੀਰ ਸਿੰਘ ਬਾਦਲ ਹੁਣਾਂ ਨੇ ਇੱਕ ਅਨੁਸ਼ਾਸਨੀ ਕਮੇਟੀ ਬਣਾਈ ਹੰਗਾਮੀ ਰੂਪ ਵਿੱਚ ਔਰ ਉਸ ਕਮੇਟੀ ਦੇ ਜਿਹੜੇ ਚੇਅਰਮੈਨ ਨੇ ਮੁਖੀ ਨੇ ਸਕੰਦਰ ਸਿੰਘ ਮਲੂਕਾ ਸੀਨੀਅਰ ਲੀਡਰ ਨੇ ਸਾਬਕਾ ਮੰਤਰੀ ਨੇ ਪੰਜਾਬ ਦੇ ਉਹਨਾਂ ਦੀ ਨਿਯੁਕਤੀ ਕੀਤੀ ਹੈ ਔਰ ਇਸੇ ਦੌਰਾਨ ਇੱਕ ਖਬਰ ਚਰਚਾ ਚ ਹੈ ਵੀ ਜਗਮੀਤ ਸਿੰਘ ਬਰਾੜ ਜਿਹੜੇ ਬਹੁਤ ਕਈ ਦਹਾਕੇ ਕਾਂਗਰਸ ਚ ਰਹੇ ਔਰ ਕਾਂਗਰਸ ਤੋਂ ਬਾਅਦ ਉਹ ਸ਼ਰਮਨੀ ਕਾਲੀ ਦਲ ਚ ਸ਼ਾਮਲ ਹੋਏ ਉਹਨਾਂ ਉੱਪਰ ਕਿਸੇ ਨਾ ਕਿਸੇ ਰੂਪ ਵਿੱਚ ਅਨੁਸ਼ਾਸਨੀ ਕਾਰਵਾਈ ਕਰਨ ਦੀ ਗੱਲ ਚੱਲ ਰਹੀ ਹੈ ਭਾਵੇਂ ਸੁਖਬੀਰ ਸਿੰਘ ਬਾਦਲ ਹੋਣਾ ਨੇ ਸਾਰੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਆਉਣੇਦਾਰ ਨੇ ਜਾਂ ਸਾਰਾ ਸਟਰਕਚਰ ਜਿਹੜਾ ਇਹਨੂੰ ਭੰਗ ਕਰ ਦਿੱਤਾ ਸੀ ਪਿਛਲੇ ਦਿਨਾਂ 'ਚ ਪਰ ਸੁਖਬੀਰ ਸਿੰਘ ਬਾਦਲ ਖੁੱਲ ਖੁਦ ਉਹਦੇ ਪ੍ਰਧਾਨ ਅੱਜ ਵੀ ਮੌਜੂਦ ਨੇ ਸੋ ਇਹ ਕਿਹਾ ਜਾ ਰਿਹਾ ਸੀ ਵੀ ਜਗਮੀਤ ਸਿੰਘ ਵਿਰਾੜ ਤੇ ਜਿਹੜੇ ਬਾਗੀ ਸੁਰਾਂ ਚੁੱਕ ਰਹੇ ਨੇ ਸਭ ਤੋਂ ਪਹਿਲਾਂ ਉਹਨਾਂ ਨੂੰ ਪਾਰਟੀ ਵਿੱਚੋਂ ਬਾਹਰ ਕੱਢਣ ਦਾ ਕੋਈ ਫੈਸਲਾ ਲਿਆ ਜਾ ਸਕਦਾ ਹੈ ਸੋ ਇਸੇ ਤਰ੍ਹਾਂ ਦਾ ਸਮਰ ਨੂੰ ਇਹ ਜਾਣਕਾਰੀ ਮਿਲੀ ਸੀ ਵੀ ਜਗਮੀਤ ਬਰਾੜ ਹੋਣਾ ਨੇ ਇੱਕ ਪੱਤਰ ਲਿਖਿਆ ਆ ਸੁਖਬੀਰ ਬਾਦਲ ਹੋਣਾ ਨੂੰ ਇਹ ਪੱਤਰ ਦੀ ਕਾਪੀ ਸਾਡੇ ਕੋਲ ਮੌਜੂਦ ਹੈ ਔਰ ਇਸ ਪੱਤਰ ਵਿੱਚ ਸੱਤ ਅੱਠ ਨੁਕਤੇ ਜਿਹੜੇ ਨੇ ਸੁਝਾਅ ਜਿਹੜੇ ਨੇ ਬਰਾੜ ਸਾਹਿਬ ਨੇ ਸੁਖਬੀਰ ਹੋਣਾ ਨੂੰ ਦਿੱਤੇ ਆ ਸਾਡੀ ਜਗਮੀਤ ਬਰਾੜ ਹੋਣਾ ਨਾਲ ਗੱਲਬਾਤ ਹੋਈ ਉਹਨਾਂ ਨੂੰ ਪੁੱਛਿਆ ਵੀ ਕੀ ਪੱਤਰ ਹੈ ਉਹਨਾਂ ਪੱਤਰ ਦੀ ਕਾਪੀ ਤਾਂ ਸਾਨੂੰ ਭੇਜ ਦਿੱਤੀ ਐ ਪਰ ਇਹ ਗੱਲ ਕਹਿ ਦਿੱਤੀ ਐ ਵੀ ਉਹ ਬਿਲਕੁਲ ਫਿਲਹਾਲ ਕੈਮਰੇ ਅੱਗੇ ਨਹੀਂ ਆਉਣਗੇ ਪਰ ਇੱਕ ਗੱਲ ਸਾਫ਼ ਕਰਦੇ ਨੇ ਵੀ ਇਸ ਪੱਤਰ ਲਿਖਣ ਦਾ ਮਤਲਬ ਕਿਸੇ ਵਿਰੁੱਧ ਬੋਲਣਾ ਨਹੀਂਗਾ ਕੇਵਲ ਤੇ ਕੇਵਲ ਮੇਰਾ ਇੱਕੋ ਮਕਸਦ ਐ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕੀਤਾ ਜਾਵੇ ਔਰ ਉਹਨਾਂ ਨੇ ਜਿਹੜੇ ਸੁਝਾਅ ਦਿੱਤੇ ਨੇ ਜਿਹੜਾ ਪੱਤਰ ਲਿਖਿਆ ਉਹਦੇ ਵਿੱਚ ਵੀ ਬੜੇ ਇੱਕ ਲਾਈਨ ਉਹਨਾਂ ਨੇ ਇਹੀ ਲਿਖੀ ਐ ਬੀਸੋ ਕੁਬੀਰ ਜੀ ਗੁਰਫਤੇ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਬਣਾਉਣ ਲਈ ਨਿਮਰਤਾ ਸਹਿਤ ਮੇਰੇ ਸੁਝਾਅ ਜਿਹੜੇ ਨੇ ਉਹਨਾਂ ਉੱਪਰ ਗੌਰ ਕੀਤਾ ਜਾਵੇ ਜੀ ਤਰਲੋਚਨ ਜੀ ਇਹ ਵੀ ਜ਼ਿਕਰ ਕੀਤਾ ਜਾ ਰਿਹਾ ਹੈ ਕਿ ਇਸ ਪੱਤਰ ਦੇ ਵਿੱਚ ਸੁਝਾਅ ਦਿੱਤਾ ਗਿਆ ਕਿ ਪੰਥਕ ਇਕਤਾ ਜਿਹੜੀ ਉਹ ਕੀਤੀ ਜਾਵੇ ਇਸ ਤੇ ਜ਼ਰੂਰ ਚਾਨਣਾ ਪਾਇਆ ਜਾਵੇ ਬਿਲਕੁਲ ਸਭ ਤੋਂ ਪਹਿਲਾਂ ਤੇ ਜਿਹੜਾ ਬਰਾੜ ਸਾਹਿਬ ਨੇ ਸਭ ਤੋਂ ਵੱਡਾ ਸੁਝਾਅ ਇਹ ਦਿੱਤਾ ਸੀ ਵੀ ਸ਼੍ਰੋਮਣੀ ਕਾਲੀਦਾਨ ਨੂੰ ਮਜ਼ਬੂਤ ਕਰਨ ਲਈ ਸਾਨੂੰ ਸਾਰਿਆਂ ਨੂੰ ਆਪਣੇ ਅਹੁਦਿਆਂ ਤੋਂ ਅਸੀਫ਼ਾ ਦੇ ਦੇਣਾ ਚਾਹੀਦਾ ਔਰ ਉਹਨਾਂ ਨੇ ਜ਼ਿਕਰ ਕੀਤਾ ਬਕਾਇਦਾ ਇਹ ਅਸੀਫ਼ਾ ਕਿੰਨੂੰ ਕਿੰਨੂੰ ਦੇਣਾ ਚਾਹੀਦਾ ਉਹਨਾਂ ਕਹੇ ਪ੍ਰਧਾਨ ਨੂੰ ਵੀ ਅਸੀਫ਼ਾ ਦੇਣਾ ਚਾਹੀਦਾ ਸਾਰੀ ਕੋਰ ਕਮੇਟੀ ਜਿਹੜੀ ਭੰਗ ਕਰ ਦੇਣੀ ਚਾਹੀਦੀ ਹੈ ਸਿਆਸੀ ਮਾਮਲਿਆਂ ਪਰ ਇੱਕ ਕਮੇਟੀ ਵੀ ਭੰਗ ਕਰ ਦੇਣੀ ਚਾਹੀਦੀ ਹੈ ਸਾਰੇ ਅਹੁਦੇਦਾਰ ਜ਼ਿਲ੍ਹਾ ਜੱਥੇਦਾਰ ਔਰ ਸਾਰੀਆਂ ਜੱਥੇਬੰਦੀਆਂ ਦੇ ਜਿਹੜੇ ਆਗੂ ਨੇ ਸਾਰਿਆਂ ਨੂੰ ਅਸਤੀਫੇ ਦੇ ਕੇ ਔਰ ਜਿਹੜੇ ਪਾਰਟੀ ਦੇ ਸਖਤਰ ਜਨਰਲ ਨੇ ਬਲਵਿੰਦਰ ਸਿੰਘ ਭੂੰਦੜ ਤੇ ਪਾਰਟੀ ਦੇ ਜਿਹੜੇ ਮੁਖ ਸਰਪ੍ਰਸਤ ਨੇ ਪ੍ਰਕਾਸ਼ ਸਿੰਘ ਬਾਦਲ ਉਹਨਾਂ ਨੂੰ ਅਸਤੀਫੇ ਦੇ ਦੇਣੇ ਚਾਹੀਦੇ ਸੋ ਇਸ ਮੱਦ ਤੇ ਇੱਕੋ ਗੱਲ ਹੈ ਬਈ ਸੁਖਬੀਰ ਹੋਣਾ ਨੇ ਸਾਰਾ ਸਟਰਕਚਰ ਤੇ ਪਾਰਟੀ ਦਾ ਭੰਗ ਕਰ ਦਿੱਤਾ ਪਰ ਖੁਦ ਉਹ ਪ੍ਰਧਾਨ ਰਹੇ ਨੇ ਉਹ ਨਾਲ ਦੀ ਨਾਲ ਉਹਨਾਂ ਨੇ ਸੁਝਾਅ ਇਹ ਵੀ ਦਿੱਤਾ ਹੈ ਵੀ ਸਾਨੂੰ ਸਾਰਿਆਂ ਨੂੰ ਰਲ ਕੇ ਵਿਸ਼ਾਲ ਦਿਲ ਨਾਲ ਪੰਥਕ ਇਕਤਾ ਜਿਹੜੀ ਹੈ ਉਹਨੂੰ ਮਜ਼ਬੂਤ ਕਰਨ ਲਈ ਸਾਰੇ ਅੰਦਰਲੇ ਤੇ ਬਾਹਰਲੇ ਸੀਨੀਅਰ ਆਗੂ ਜਿਹੜੇ ਨੇ ਉਹਨਾਂ ਨਾਲ ਮੁਲਾਕਾਤ ਕਰਕੇ ਤੇ ਕਿਤੇ ਇੱਕ ਪਲੇਟਫਾਰਮ ਤਿਆਰ ਕਰਨਾ ਚਾਹੀਦਾ ਹੈ ਜੀ ਤਰਲੋਚਨ ਜੀ ਇਸ ਦੇ ਵਿੱਚ ਆਨੰਦਪੁਰ ਸਾਹਿਬ ਦੀ ਮਤੇ ਬਾਰੇ ਵੀ ਜ਼ਿਕਰ ਕੀਤਾ ਗਿਆ ਬਿਲਕੁਲ ਇਹ ਇੱਕ ਬਹੁਤ ਅਹਿਮ ਮੁੱਦਾ ਹੈ ਵੀ ਜਿਹੜੇ ਸ਼੍ਰੋਮਣੀ ਕਾਲੀ ਦਲ ਵਿੱਚ ਅੱਜ ਵੀ ਕਿਉਂਕਿ ਇਹ ਜਿਹੜਾ ਮਤਾ ਸੀ ਇਹ 1973 ਵਿੱਚ ਇਹ ਜਿਹੜਾ ਪਾਸ ਕੀਤਾ ਸੀ 16 17 ਅਕਤੂਬਰ ਨੂੰ ਸ਼੍ਰੀ ਆਨੰਦਪੁਰ ਸਾਹਿਬ ਦਾ ਮਤਾ ਸੋ ਅੱਜ ਵੀ ਜਗਮੀਤ ਬਰਾੜ ਹੋਣਾ ਦਾ ਕਹਿਣਾ ਵੀ ਆਨੰਦਪੁਰ ਸਾਹਿਬ ਦਾ ਜਿਹੜਾ ਮੂਲ ਮਤਾ ਉਹ ਸਾਨੂੰ ਪਾਰਟੀ ਵਿੱਚ ਆਉਣ ਵਾਲੇ 25 ਸਾਲਾਂ ਲਈ ਮੁੱਖ ਅਜੰਡੇ ਵਜੋਂ ਰੱਖਣਾ ਚਾਹੀਦਾ ਕਿਉਂਕਿ ਉਹ ਕਹਿੰਦੇ ਅੱਜ ਵੀ ਇਹ ਅਜੰਡਾ ਜਿਹੜਾ ਆ ਇਹ ਜਿਹੜਾ ਮਤਾ ਆ ਉਹ ਵੈਲਿਡ ਹੈ ਉਹਨਾਂ ਨੇ ਬਾਰ ਬਾਰ ਇਹ ਗੱਲ ਕਹੀ ਹੈ ਵੀ ਇਹ ਬਿਲਕੁਲ ਦੇਸ਼ ਵਿਰੋਧੀ ਅਜੰਡਾ ਨਹੀਂਗਾ ਸਾਨੂੰ ਇਹਦੇ ਤੇ ਖੜਨਾ ਚਾਹੀਦਾ ਔਰ ਇਹਦੇ ਨਾਲ ਪਾਰਟੀ ਨੂੰ ਮਜ਼ਬੂਤੀ ਵੀ ਮਿਲੇਗੀ ਔਰ ਨਾਲ ਦੀ ਨਾਲ ਉਹਨਾਂ ਇਹਦੇ ਇਸੇ ਸੁਝਾਅ ਵਿੱਚ ਇਹ ਵੀ ਗੱਲ ਕਹੀ ਹੈ ਵੀ ਪੰਜਾਬ ਬੁਰੀ ਤਰ੍ਹਾਂ ਵਿੱਤੀ ਸੰਕਟ ਵਿੱਚ ਜਿਹੜਾ ਉਹ ਗਰਸਿਆ ਪਿਆ ਤੇ ਜੇ ਇਸੇ ਤਰ੍ਹਾਂ ਹਰੇਕ ਸਰਕਾਰ ਰਾਇਤਾਂ ਦੇਣ ਤੇ ਮੁਫਤ ਖਰੀਦ ਦਾ ਦੌਰ ਚਲਾਉਗੀ ਤੇ ਪੰਜਾਬ ਦਾ ਕੁਝ ਨਹੀਂ ਬਚਣਾ ਇਸ ਲਈ ਪਾਰਟੀ ਨੂੰ ਬਹੁਤ ਅੱਗੇ ਵੱਧ ਕੇ ਇਹਨਾਂ ਸਾਰੇ ਬੁੱਧਿਆਂ ਉੱਪਰ ਸੰਜੀਦਗੀ ਨਾਲ ਚਰਚਾ ਕਰਨੀ ਚਾਹੀਦੀ ਹੈ ਜੀ ਸੋ ਇਹ ਪੱਤਰchu ਲਿਖਿਆ ਗਿਆ ਉਸ ਦੇ ਵਿੱਚ ਤਰਲੋਚਨ ਜੀ ਕੀ ਉਹਨਾਂ ਦੇ ਕੁਝ ਵਰਕਿੰਗ ਪ੍ਰਧਾਨ ਨੂੰ ਦਾ ਵੀ ਸੁਝਾਅ ਦਿੱਤਾ ਹੈ ਜਾਂ ਨਹੀਂ ਇਸ ਦੇ ਹਾਂ ਬਿਲਕੁਲ ਇੱਕ ਹੋਰ ਜੋ ਇਹ ਪੱਤਰ ਚ ਅ ਚੌਥੇ ਨੰਬਰ ਤੇ ਉਹਨਾਂ ਨੇ ਕਿਹਾ ਵੀ ਮਾਝਾ ਦੁਆਬਾ ਤੇ ਮਾਲਵਾ ਖਿੱਤੇ ਲਈ ਤਿੰਨ ਵਰਕਿੰਗ ਪ੍ਰਧਾਨ ਲਾਏ ਜਾਣ ਉਹਨਾਂ ਨੇ ਕਿਹਾ ਵੀ ਪੰਜਾਬ ਵੱਡਾ ਹੋ ਗਿਆ ਹੁਣ ਸਾਨੂੰ ਖਿੱਤਿਆਂ ਦੇ ਹਿਸਾਬ ਨਾਲ ਪ੍ਰਧਾਨ ਜਿਹੜੇ ਆ ਉਹ ਲਾਉਣੇ ਚਾਹੀਦੇ ਆ ਤੇ ਨਾਲ ਹੀ ਉਹਨਾਂ ਨੇ ਇੱਕ ਸੁਝਾਅ ਹੋਰ ਦਿੱਤਾ ਵੀ ਇਹ ਇਹ ਜਿਹੜੇ ਤਿੰਨ ਘਟੋ ਘਟੋ ਉਹਨਾਂ ਨੇ ਸੁਝਾਅ ਦਿੱਤੇ ਤਿੰਨ ਵਰਕਿੰਗ ਪ੍ਰੈਜ਼ੀਡੈਂਟ ਕਿਹੜੇ ਹੋਣੇ ਚਾਹੀਦੇ ਉਹ ਵੀ ਦੱਸਤਾ ਉਹਨਾਂ ਨੇ ਕਿ ਮਾਲਵਾ ਖਿੱਤੇ ਲਈ ਮਨਪ੍ਰੀਤ ਸਿੰਘ ਈਆਲੀ ਦੁਆਬਾ ਖਿੱਤੇ ਲਈ ਗੁਰਪ੍ਰਤਾਪ ਸਿੰਘ ਵਡਾਲਾ ਤੇ ਮਾਝਾ ਖਿੱਤੇ ਲਈ ਉਹਨਾਂ ਨੇ ਰਵੀ ਕਿਰਨ ਸਿੰਘ ਕਾਲੂ ਨੂੰ ਜਿਹੜਾ ਆ ਉਹ ਵਰਕਿੰਗ ਪ੍ਰੈਜ਼ੀਡੈਂਟ ਲਾਉਣ ਦੀ ਗੱਲ ਕਹੀ ਹੈ ਉਹ ਨਾਲ ਇਹ ਵੀ ਗੱਲ ਕਹੀ ਹੈ ਕਿ ਕੋਰ ਕਮੇਟੀ ਜਿਹੜੀ ਹੈ ਉਹਦੇ ਵਿੱਚ ਤਿੰਨ ਵਿਧਾਇਕ ਜਿਹੜੇ ਨੇ ਪਾਰਟੀ ਦੇ ਉਹਨਾਂ ਨੂੰ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਕਰਨਾ ਚਾਹੀਦਾ ਹੈ ਤੇ ਔਰਤਾਂ ਤੇ ਰਾਖੇ ਵਰਗ ਦੇ ਜਿਹੜੀ ਨੁਮਾਇੰਦਗੀ ਉਹ ਵੀ ਬਕਾਇਦਾ ਇਸ ਵਿੱਚ ਦੇਣੀ ਚਾਹੀਦੀ ਹੈ ਸੋ ਉਹਨਾਂ ਨੇ ਇੱਕ ਨਵੀਂ ਗੱਲ ਕਹੀ ਹੈ ਵੀ ਤਿੰਨ ਵਰਕਿੰਗ ਪ੍ਰੈਜ਼ੀਡੈਂਟ ਪ੍ਰਧਾਨ ਦੇ ਨਾਲ ਜਿਹੜੇ ਨੇ ਲਾਉਣੇ ਚਾਹੀਦੇ ਸ਼ਾਇਦ ਉਹਨਾਂ ਨੇ ਕਾਂਗਰਸ ਪੈਟਰਨ ਤੇ ਇਹ ਗੱਲ ਕਹਿਣ ਦਾ ਯਤਨ ਕੀਤਾ ਹੈ ਜੀ ਇਸ ਪੱਤਰ ਦੇ ਵਿੱਚ ਕੀ ਸੰਸਤੀ ਬੋਰਡ ਬਣਾਉਣ ਬਾਰੇ ਵੀ ਉਹਨਾਂ ਦੇ ਵੱਲੋਂ ਕੋਈ ਵਿਚਾਰ ਚਰਚਾ ਕੀਤੀ ਗਈ ਹੈ ਸ਼ਾਇਦ ਜਗਮੀਤ ਬਰਾੜ ਹੋਣੀ ਹੈ ਇਹ ਚਾਹ ਰਹੇ ਨੇ ਵੀ ਇੱਕ ਐਦਾਂ ਦਾ ਸਟਰਕਚਰ ਬਣੇ ਸ਼੍ਰੋਮਣੀ ਕਾਲੀ ਦਲ ਦਾ ਜਿਹਦੇ ਵਿੱਚ ਇਹ ਨਾ ਲੱਗੇ ਕਿ ਸਾਰੀਆਂ ਪਾਵਰਾਂ ਇੱਕੋ ਕੋਲ ਨੇ ਸੋ ਉਹਨਾਂ ਨੇ ਇੱਕ ਸੁਝਾਏ ਦਿੱਤਾ ਕਿ ਇੱਕ 11 ਮੈਂਬਰ ਦੀ ਸੰਸਦੀ ਬੋਰਡ ਜਿਹੜਾ ਇਹ ਕਾਇਮ ਕਰਨਾ ਚਾਹੀਦਾ ਹੈ ਇਹਦੇ 'ਚ ਉਹਨਾਂ ਨੇ ਅੱਗੇ ਵੀ ਸੁਝਾਏ ਦਿੱਤੇ ਕਿ ਘੱਟੋ ਘੱਟ ਦੋ ਮਹਿਲਾਵਾਂ ਦੋਨ ਸੂਚਿਤ ਜਾਤੀ ਤੇ ਪਛੜੇ ਵਰਗਾਂ ਤੇ ਇਹ ਜਿਹੜੇ ਵਿਅਕਤੀ ਉਹ ਵੀ ਸ਼ਾਮਲ ਹੋਣੇ ਚਾਹੀਦੇ ਤੇ ਇੱਕ ਹੋਰ ਉਹਨਾਂ ਨੇ ਬੜਾ ਅਹਿਮ ਸੁਝਾ ਦਿੱਤਾ ਵੀ ਇਹ ਜਿਹੜੀ ਸੰਸਦੀ ਬੋਰਡ ਹੈ ਇਹਦੇ ਵਿੱਚ ਇੱਕ ਸਹਿਦਾਰੀ ਸਿੱਖ ਨੂੰ ਵੀ ਸ਼ਾਮਲ ਕੀਤਾ ਜਾਣਾ ਚਾਹੀਦਾ ਸੋ ਉਹਨਾਂ ਨੇ ਇਹਦੇ ਵਿੱਚ ਫਿਰ ਇੱਕ ਜ਼ਿਕਰ ਕੀਤਾ ਵੀ ਇਹ ਸਾਰਾ ਕੁਝ ਜਿਹੜਾ ਆ ਸੰਸਦਰੀ ਬੋਰਡ ਬਣਾਉਣਾ ਮੁੱਖ ਏਜੰਡਾ ਸਾਨੂੰ ਆਨੰਦਪੁਰ ਸਾਹਿਬ ਦੇ ਮਤੇ ਨੂੰ ਲੈ ਕੇ ਅੱਗੇ ਜਿਹੜਾ ਵਧਣਾ ਚਾਹੀਦਾ ਜੀ ਪਾਰਟੀ ਦੇ ਪ੍ਰਧਾਨ ਦੀ ਨਿਯੁਕਤੀ ਦੇ ਲਈ ਵੀ ਕੁਝ ਸ਼ਰਤਾ ਲਾਉਂਦਾ ਉਹਨਾਂ ਨੇ ਜ਼ਿਕਰ ਛੜਿਆ ਇਸ ਪੱਤਰ ਤੇ ਵਿੱਚ ਕੀਤਾ ਹਾਂ ਬਿਲਕੁਲ ਉਹਨਾਂ ਨੇ ਬੜਾ ਘਰੋੜ ਕੇ ਗੱਲ ਕਹੀ ਹੈ ਵੀ ਪਾਰਟੀ ਪ੍ਰੈਜ਼ੀਡੈਂਟ ਜਿਹੜਾ ਆ ਉਹਦਾ ਕੋਈ ਸਮਾ ਸੀਮਾ ਨਿਰਧਾਰਤ ਕਰਨੀ ਚਾਹੀਦੀ ਹੈ ਵੀ ਉਹ ਕਿੰਨੇ ਸਾਲ ਪ੍ਰਧਾਨ ਰਹੂਗਾ ਉਹਨਾਂ ਦਾ ਅਰਥ ਇਹ ਵੀ ਇਹ ਨਹੀਂ ਬੇਕਾਰ ਜਿਹੜਾ ਪ੍ਰਧਾਨ ਬਣ ਗਿਆ ਉਹ ਮਰਦੇ ਦਮ ਤੱਕ ਪ੍ਰਧਾਨ ਰਹੇ ਉਹਨਾਂ ਨੇ ਸੁਝਾਏ ਦਿੱਤਾ ਵੀ ਵੱਧ ਤੋਂ ਵੱਧ ਪ੍ਰਧਾਨ ਦੀ ਟਰਮ ਜਿਹੜੀ ਹੈ ਮਿਆਦ ਜਿਹੜੀ ਹੈ ਉਹ 10 ਸਾਲ ਹੋਣੀ ਚਾਹੀਦੀ ਤਾਂ ਜੋ ਉਹਨਾਂ ਨੇ ਅੱਗੇ ਗੱਲ ਕਹੀ ਹੈ ਤਾਂ ਜੋ ਨਵੀਂ ਪਨੀਰੀ ਨੂੰ ਔਰ ਸਾਰੇ ਵਰਗਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਕਰਨ ਦਾ ਮੌਕਾ ਮਿਲ ਸਕੇ ਨਾਲ ਹੀ ਉਹਨਾਂ ਨੇ ਕਿਹਾ ਵੀ ਸ਼੍ਰੋਮਣੀ ਅਕਾਲੀ ਦਲ ਜਿਹੜਾ ਹੈ ਇਹਦੇ ਵਿੱਚੋਂ ਪਰਿਵਾਰਵਾਦ ਜਿਹੜਾ ਹੈ ਉਹ ਖਤਮ ਕਰਨਾ ਚਾਹੀਦਾ ਉਹਨਾਂ ਨੇ ਬੜਾ ਸਪਸ਼ਟ ਸ਼ਬਦਾਂ ਵਿੱਚ ਇਹ ਗੱਲ ਕੀਤੀ ਕਿਸੇ ਦਾ ਜ਼ਿਕਰ ਨਹੀਂ ਕੀਤਾ ਤੇ ਨਾਲ ਹੀ ਉਹਨਾਂ ਨੇ ਕਿਹਾ ਵੀ ਪਰਿਵਾਰਵਾਦ ਤੋਂ ਅਕਾਲੀ ਦਲ ਨੂੰ ਖੜਾ ਸ਼ਡਾਊਨ ਲਈ ਇੱਕ ਪਰਿਵਾਰ ਤੇ ਇੱਕ ਟਿਕਟ ਦੇਣ ਦਾ ਜਿਹੜਾ ਸਾਨੂੰ ਕਾ ਨਿਜਮ ਜਿਹੜਾ ਬਣਾ ਲੈਣਾ ਚਾਹੀਦਾ ਤੇ ਨਾਲ ਹੀ ਉਹਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਅਗਲੀਆਂ ਚੋਣਾਂ ਜਿਹੜੀਆਂ ਨੇ ਸਮੂਹ ਸਿੱਖ ਭਾਈਚਾਰੇ ਦਾ ਭਰੋਸਾ ਇਕੱਠਾ ਕਰਕੇ ਤੇ ਲੜਨ ਦਾ ਜਿਹੜਾ ਆ ਇਹ ਵੀ ਉਹਨਾਂ ਨੇ ਸੁਝਾਅ ਦਿੱਤਾ ਜੀ ਜੋ ਅਕਾਲੀ ਦਲ ਤੋਂ ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋਏ ਨੇ ਉਹਨਾਂ ਨੂੰ ਮੁੜ ਪਾਰਟੀ ਦੇ ਵਿੱਚ ਲਿਉਣ ਦਾ ਵੀ ਜ਼ਿਕਰ ਕੀਤਾ ਕਿ ਉਹਨਾਂ ਦੇ ਬੋਲੋਂ ਕੀਤਾ ਗਿਆ ਦੇਖੋ ਜਗਮੀਤ ਬਰਾੜ ਬੜੇ ਘਾਗ ਸਿਆਸਤਦਾਨ ਨੇ ਜਦੋਂ ਉਹ ਕਾਂਗਰਸ ਵਿੱਚ ਸੀ ਤੇ ਉਦੋਂ ਵੀ ਉਹ ਅਹਿਮ ਮੁੱਦੇ ਜਿਹੜੇ ਸੀ ਪਾਰਟੀ ਦੇ ਵਿੱਚ ਉਠਾਉਂਦੇ ਸੀ ਇੱਕ ਵਾਰੀ ਉਹਨਾਂ ਨੇ ਆਪਣੀ ਪਾਰਟੀ ਪ੍ਰਧਾਨ ਕੌਮੀ ਪ੍ਰਧਾਨ ਸੋਨੀਆ ਗਾਂਧੀ ਨੇ ਇੰਨਾ ਕਰਾਰਾ ਪੱਤਰ ਲਿਖਿਆ ਸੀ ਵੀ ਉਹ ਪੱਤਰ ਆਪਣੇ ਆਪ ਚ ਜਿਹੜਾ ਚਰਚਾ ਦਾ ਵਿਸ਼ਾ ਬਣ ਗਿਆ ਸੀ ਤੇ ਉਸ ਪੱਤਰ ਦੇ ਆਧਾਰ ਤੇ ਅਖੀਰ ਆ ਪਾਰਟੀ ਵਿੱਚੋਂ ਉਹ ਵੈਸੇ ਅਸਿਫਾ ਦੇ ਕੇ ਸੀ ਤੇ ਉਹਨਾਂ ਨੂੰ ਬਾਹਰ ਵੀ ਕਰ ਦਿੱਤਾ ਸੀ ਸੋ ਉਹਨਾਂ ਨੇ ਇੱਕ ਜਗਮੀਤ ਬਰਾੜ ਹੋਣਾ ਨੇ ਇਹ ਸੁਝਾਅ ਦਿੱਤਾ ਹੈ ਵੀ ਇਸ ਵੇਲੇ ਪੰਥਕ ਇਕਤਾ ਦੀ ਬਹੁਤ ਜ਼ਿਆਦਾ ਲੋੜ ਹੈ ਤੇ ਸਾਨੂੰ ਬਹੁਤ ਇਮਾਨਦਾਰੀ ਨਾਲ ਪੰਥਕ ਇਕਤਾ ਵੱਲ ਵਧਣਾ ਚਾਹੀਦਾ ਤੇ ਉਹਨਾਂ ਨੇ ਕੁਝ ਲੀਡਰਾਂ ਦੇ ਨਾਮ ਹੀ ਆਪਣੇ ਪੱਤਰ ਵਿੱਚ ਲਿਖੇ ਆ ਵੇ ਇਹ ਲੀਡਰ ਜਿਹੜੇ ਮੁੜ ਪਾਰਟੀ ਵਿੱਚ ਸ਼ਾਮਲ ਕੀਤੇ ਜਾਣੇ ਸਭ ਤੋਂ ਪਹਿਲਾਂ ਉਹਨਾਂ ਨੇ ਜਿਹੜੇ ਸਾਬਕਾ ਸਪੀਕਰ ਨੇ ਸਰਦਾਰ ਰਵੀਿੰਦਰ ਸਿੰਘ ਦਾ ਨਾਮ ਲਿਖਿਆ ਇਸੇ ਤਰ੍ਹਾਂ ਸੁਖਦੇਵ ਸਿੰਘ ਢੀਂਡ ਸਾਹਿਬ ਬੀਰ ਦਵਿੰਦਰ ਸਿੰਘ ਬਲਵੰਤ ਸਿੰਘ ਰਾਮੂ ਵਾਲੀਆ ਬਰਨਾਲਾ ਪਰਿਵਾਰ ਤਲਵੰਡੀ ਪਰਿਵਾਰ ਜਥੇਦਾਰ ਤੋੜੇ ਦੇ ਪਰਿਵਾਰ ਸੁਖਦੇਵ ਸਿੰਘ ਭੌਰ ਤੇ ਮਰਹੂਮ ਕੈਪਟਨ ਕਵਲਜੀਤ ਸਿੰਘ ਦਾ ਪਰਿਵਾਰ ਦਿੱਲੀ ਤੋਂ ਸਰਨਾਪਰਾ ਤੇ ਮਨਜੀਤ ਸਿੰਘ ਜੀ ਕੇ ਨੂਵੀ ਪਾਰਟੀ ਵਿੱਚ ਸ਼ਾਮਲ ਕਰਨ ਦੀ ਗੱਲ ਕੀਤੀ ਹੈ ਔਰ ਨਾਲ ਉਹਨਾਂ ਨੇ ਇੱਕ ਹੋਰ ਜਿਹੜਾ ਜ਼ਿਕਰ ਕੀਤਾ ਵੀ ਬੀਬੀ ਕਰਨਜੀਤ ਕੌਰ ਜਿਹੜੇ ਮਾਸਟਰ ਤਾਰਾ ਸਿੰਘ ਦੀ ਪੋਤਰੀ ਨੇ ਉਹਨਾਂ ਨੇ ਕਿਹਾ ਵੀ ਉਹ ਬਹੁਤ ਤੀਖਣ ਬੁੱਧੀ ਦੀ ਮਾਲਕ ਮਹਿਲਾ ਆ ਉਹਨੂੰ ਵੀ ਸਾਨੂੰ ਪਾਰਟੀ ਨਾਲ ਜ਼ਰੂਰ ਜੋੜਨਾ ਚਾਹੀਦਾ ਔਰ ਇਸੇ ਤਰ੍ਹਾਂ ਮਰਹੂਮ ਸੰਤ ਕਰਤਾਰ ਸਿੰਘ ਭਿੰਡਰਾਂਵਾਲੇ ਦੇ ਪਰਿਵਾਰ ਨੂੰ ਵੀ ਪਾਰਟੀ ਵਿੱਚ ਉਹਨਾਂ ਨੇ ਨਿਮੈਂਦਗੀ ਦੇਣ ਦੀ ਗੱਲ ਕੀਤੀ ਐ ਸੋ ਉਹਨਾਂ ਨੇ ਬੜੇ ਸਿੱਧੇ ਰੂਪ ਵਿੱਚ ਕਿਹਾ ਵੀ ਇਹ ਜਿਹੜੇ ਲੀਡਰ ਨੇ ਭਾਵੇਂ ਇਹ ਬਹੁਤ ਵੱਡੀ ਫੁੱਟ ਪਈ ਐ ਬਾਹਰ ਗਏ ਨੇ ਪਰ ਪਾਰਟੀ ਦੇ ਵੱਡੇ ਹਿੱਤਾਂ ਲਈ ਸਾਨੂੰ ਹੁਣ ਇੰਨਾ ਕੋਲ ਵੀ ਪਹੁੰਚ ਕਰਨੀ ਚਾਹੀਦੀ ਹੈ ਜੀ ਤ੍ਰਿਲੋਚਨ ਜੀ ਇਸ ਪੱਤਰ ਦੇ ਵਿੱਚ ਕੀ 올 ਇੰਡੀਆ ਸਟੂਡੈਂਟ ਫੰਡਰੇਸ਼ਨ ਦੇ ਬਾਰੇ ਵੀ ਪਾਰਟੀ ਨੂੰ ਕੋਈ ਸੁਝਾਅ ਜਿਹੜਾ ਦਿੱਤਾ ਗਿਆ ਹਾਂ ਉਹਨਾਂ ਨੇ ਜਿਹੜਾ ਜੂਤ ਹੈ ਉਹਨੂੰ ਜੋੜਨ ਦੀ ਗੱਲ ਵੀ ਆਪਣੇ ਪੱਤਰ ਵਿੱਚ ਕੀਤੀ ਉਹਨਾਂ ਨੇ ਕਿਹਾ ਵੀ 올 ਇੰਡੀਆ 6 ਸਟੂਡੈਂਟ ਫੈਡਰੇਸ਼ਨ ਜਿਹੜਾ ਇਹ ਅਕਾਲੀ ਦਲ ਦੀ ਰੀੜ ਦੀ ਹੱਡੀ ਜਿਹੜੀ ਆ ਮੰਨੀ ਜਾਂਦੀ ਔਰ ਹੋਣੀ ਵੀ ਚਾਹੀਦੀ ਹੈ ਤੇ ਇਹਨੂੰ ਮਜ਼ਬੂਤ ਕਰਨ ਦੀ ਲੋੜ ਉਹਨਾਂ ਨੇ ਕਿਹਾ ਵੀ ਕੇਵਲ ਕਾਲਜਾਂ ਤੇ ਯੂਨੀਵਰਸਿਟੀਆਂ 'ਚ ਜਿਹੜੇ ਪੜ੍ਹਦੇ ਵਿਦਿਆਰਥੀ ਨੇ ਉਹਨਾਂ ਨੂੰ ਹੀ 6 ਸਟੂਡੈਂਟ ਫੈਡਰੇਸ਼ਨ ਦਾ ਅਹੁਦਾ ਤੇ ਦੇਣੇ ਚਾਹੀਦੇ ਨੇ ਤੇ ਮੈਂਬਰ ਬਣਾਉਣਾ ਚਾਹੀਦਾ ਉਹਨਾਂ ਦਾ ਭਾਵ ਹੈ ਵੀ ਇਹ ਵੀ ਕਿਤੇ ਮਨਮਰਜ਼ੇ ਢੰਗ ਨਾਲ ਜਿਹੜੇ ਐ ਫੈਡਰੇਸ਼ਨ ਨਹੀਂ ਬਣਨੀ ਚਾਹੀਦੀ ਕੇਵਲ ਸਟੂਡੈਂਟਾਂ ਵਿਦਿਆਰਥੀਆਂ ਦੇ ਆਧਾਰ ਤੇ ਬਣਨੀ ਚਾਹੀਦੀ ਹੈ ਔਰ ਇੱਕ ਉਹਨਾਂ ਨੇ ਨਾਲ ਹੋਰ ਸੁਝਾਅ ਦਿੱਤਾ ਵੀ ਪਾਰਟੀ ਦਾ ਹੈੱਡਕੁਆਰਟਰ ਜਿਹੜਾ ਐ ਇਹ ਸ਼੍ਰੀ ਅੰਮ੍ਰਿਤਸਰ ਹੋਣਾ ਚਾਹੀਦਾ ਉਹਨਾਂ ਨੇ ਤੰਜ ਕੱਸਿਆ ਚੰਡੀਗੜ੍ਹ ਬਾਰੇ ਉਹਨਾਂ ਕਹੀ ਹੈ ਵੀ ਚੰਡੀਗੜ੍ਹ ਪੱਥਰਾਂ ਦਾ ਸ਼ਹਿਰ ਹੈ ਭਾਵੇਂ ਇਹ ਇਮਾਰਤ ਕਲਾ ਦਾ ਨਮੂਨਾ ਹੈ ਪਰ ਇਹ ਪਾਰਟੀ ਦੇ ਜਿਹੜਾ ਮਹਾਨ ਤੇ ਸ਼ਾਨਮਤਾ ਵਿਰਸਾ ਤੇ ਇਤਿਹਾਸ ਹੈ ਉਹਦੀ ਝਲਕ ਚੰਡੀਗੜ੍ਹ ਤੋਂ ਕਿਤੇ ਨਹੀਂ ਮਿਲਦੀ ਔਰ ਉਹਨਾਂ ਨੇ ਇਹ ਲਿਖ ਕੇ ਗੱਲ ਖਤਮ ਕਰ ਦਿੱਤੀ ਹੈ ਕਿ ਸਾਨੂੰ ਆਪਣਾ ਮੁੱਖ ਦਫਤਰ ਜਿਹੜਾ ਉਹ ਅੰਮ੍ਰਿਤਸਰ ਵਿਖੇ ਸਥਾਪਿਤ ਕਰਨਾ ਚਾਹੀਦਾ ਹੈ ਜੀ ਤਰਲੋਚਨ ਜੀ ਜਗਮੀਤ ਸਿੰਘ ਬਰਾੜ ਹੌਲਾਂ ਦੇ ਵੱਲੋਂ ਜੋ ਇਹ ਪੱਤਰ ਲਿਖਿਆ ਗਿਆ ਇਸ ਦੇ ਵਿੱਚ ਜੋ ਸੁਝਾਅ ਦਿੱਤੇ ਗਏ ਇਸ ਤੇ ਸਿਆਸੀ ਅਰਥ ਕੀ ਨਿਕਲਦੇ ਨੇ ਦੇਖੋ ਇਸ ਪੱਤਰ ਵਿੱਚ ਅ ਜਗਮੀਤ ਬਰਾੜ ਉਹਨਾਂ ਨੇ ਵੀ ਇਹ ਗੱਲ ਕਹੀ ਵੀ ਉਹਨਾਂ ਨੇ ਕਿਸੇ ਨਿੱਜੀ ਲੀਡਰ ਜਾਂ ਵਿਅਕਤੀ ਦੇ ਵਿਰੁੱਧ ਬਿਲਕੁਲ ਪੱਤਰ ਨਹੀਂ ਲਿਖਿਆ ਉਹਨਾਂ ਦਾ ਮਨਸ਼ਾ ਬੜਾ ਸਪਸ਼ਟ ਹੈ ਵੀ ਇਹ ਉਹਨਾਂ ਦੇ ਉਹਨਾਂ ਮੁਤਾਬਕ ਵੀ ਜੇ ਇਹ ਕੁਝ ਤਦਵੀਜ਼ਾਂ ਰੱਖ ਕੇ ਤੇ ਆਪਾਂ ਅੱਗੇ ਵਧੀਏ ਤੇ ਸ਼ਰੋਮ ਨਹੀਂ ਅਕਾਲੀ ਦਲ ਜਿਹੜੇ ਆਇਆ ਫਿਰ ਉਹ ਪਹਿਲਾ ਦੌਰ ਜਿਹੜਾ ਹੈ ਪਹਿਲਾ ਵਜਬਾ ਜਿਹੜਾ ਜਿਹੜੀ ਤਾਕਤ ਵਾਲਾ ਅਕਾਲੀ ਦਲ ਹੈ ਜਿਹੜਾ ਹੈ ਅਸੀਂ ਉੱਥੇ ਪਹੁੰਚ ਸਕਦੇ ਹਾਂ ਪਰ ਇਹ ਪੱਤਰ ਲਿਖਨ ਤੇ ਪੱਤਰ ਜਿਹਨੂੰ ਲਿਖਿਆ ਸੁਖਬੀਰ ਸਿੰਘ ਬਾਦਲ ਹੁਣਾਂ ਨੂੰ ਜੇ ਉੱਥੋਂ ਤੱਕ ਦੀ ਗੱਲ ਕਰੀਏ ਤੇ ਕਿਤੇ ਨਾ ਕਿਤੇ ਇਹ ਗੱਲ ਕਿਉਂਕਿ ਸਿਆਸਤ ਵਿੱਚ ਇਹੋ ਜਿਹੀਆਂ ਗੱਲਾਂ ਨੂੰ ਬਹੁਤ ਬਰੀਕੀ ਨਾਲ ਲਿਆ ਜਾਂਦਾ ਸੋ ਇਹ ਲਿਆ ਜਾ ਸਕਦਾ ਹੈ ਵੀ ਕਿਤੇ ਨਾ ਕਿਤੇ ਜਗਮੀਤ ਬਰਾੜ ਹੁਣਾਂ ਨੇ ਇਹ ਗੱਲ ਕਹੀ ਹੈ ਵੀ ਪਾਰਟੀ ਪ੍ਰਧਾਨ ਨੂੰ ਵੀ ਅਸੀਫਾ ਦੇਣਾ ਚਾਹੀਦਾ ਔਰ ਇੱਕ ਹੋਰ ਗੱਲ ਹੈ ਜਿਹੜੇ ਅੰਮ੍ਰਿਤਸਰ ਮੀਟਿੰਗ ਹੋਈ ਸੀ ਉਹਦੇ ਚ ਮਨਪ੍ਰੀਤ ਯਾਲੀ ਸੀ ਔਰ ਉਸ ਮੀਟਿੰਗ ਵਿੱਚ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਵੀ ਸਨ ਔਰ ਉਸ ਮੀਟਿੰਗ ਵਿੱਚ ਜਗਮੀਤ ਬਰਾੜ ਵੀ ਸੀ ਭਾਵੇਂ ਇਹਦੇ ਬਾਰੇ ਬੜਾ ਸਪਸ਼ਟ ਕੀਤਾ ਚੰਦੂ ਮਾਜਰਾ ਸਾਹਿਬ ਨੇ ਵੀ ਇਹ ਕਹਿਣਾ ਵੀ ਇਹ ਬਾਗਿਆਂ ਦੀ ਮੀਟਿੰਗ ਹੈ ਬਿਲਕੁਲ ਗਲਤ ਹੈ ਉਹ ਜਸਟ ਸਾਡੇ ਸਾਰੇ ਲੀਡਰਾਂ ਦੀ ਇੱਕ ਮੀਟਿੰਗ ਸੀ ਔਰ ਮੀਟਿੰਗ ਵਿੱਚ ਅਸੀਂ ਪਾਰਟੀ ਦੀ ਮਜ਼ਬੂਤੀ ਲਈ ਗੱਲ ਕੀਤੀ ਸੀ ਪਰ ਉਹ ਜਿਹੜੀ ਮੀਟਿੰਗ ਹੈ ਜਾਬਦਾ ਇਹ ਹੈ ਵੀ ਕਿਤੇ ਨਾ ਕਿਤੇ ਉਹ ਹੈੱਡ ਕੁਆਰਟਰ ਨੂੰ ਕਿਤੇ ਪ੍ਰਧਾਨ ਨੂੰ ਕਿਤੇ ਨਾ ਕਿਤੇ ਲੱਗੀ ਵੀ ਇਹ ਪਾਰਟੀ ਤੋਂ ਦੂਰ ਜਾ ਕੇ ਮੀਟਿੰਗ ਕੀਤੀ ਹੈ ਸੋ ਉਸ ਮੀਟਿੰਗ ਵਿੱਚ ਵੀ ਜਗਮੀਤ ਬਰਾੜ ਉਹਨਾਂ ਦਾ ਹੋਣਾ ਇਹ ਸਾਰੀਆਂ ਗੱਲਾਂ ਤੋਂ ਇਹ ਲੱਗਦਾ ਵੀ ਇਹ ਜਿਹੜਾ ਪੱਤਰ ਹੈ ਕਿਤੇ ਨਾ ਕਿਤੇ ਜਿਹੜੀ ਸੀਨੀਅਰ ਲੀਡਰਸ਼ਿਪ ਹੈ ਉਹਨੂੰ ਜ਼ਰੂਰ ਚੁਬਿਆ ਹੋਊਗਾ ਕਿਤੇ ਨਾ ਕਿਤੇ ਮਹਿਸੂਸ ਹੋਇਆ ਹੋਊਗਾ ਵੀ ਕਿਤੇ ਇਹ ਪੱਤਰ ਲਿਖ ਕੇ ਤੇ ਉਹਨਾਂ ਦੀ ਅਥਾਰਟੀ ਨੂੰ ਚੈਲੰਜ ਕੀਤਾ ਕਿਉਂਕਿ ਇਹ ਗੱਲਾਂ ਬਹੁਤ ਬਾਹਰ ਆ ਰਹੀਆਂ ਨੇ ਵੀ ਜਿਹੜੀ ਅਨੁਸ਼ਾਸਨੀ ਕਮੇਟੀ ਬਣੀ ਹੈ ਜਿਹੜੇ ਪਾਰਟੀ ਦੇ ਪ੍ਰਧਾਨ ਨੇ ਜਾਂ ਹੋਰ ਲੀਡਰਸ਼ਿਪ ਹੈ ਕਿਤੇ ਨਾ ਕਿਤੇ ਇਹ ਇਹ ਸ਼ਰੋਮ ਨਿਕਾਲੀ ਦਿਲ ਦੇ ਗਲਿਆਰਾਂ 'ਚ ਚਰਚਾ ਚੱਲ ਰਹੀ ਹੈ ਵੀ ਜਗਮੀਤ ਬਰਾੜ ਦੇ ਵਿਰੁੱਧ ਕੋਈ ਅਨੁਸ਼ਾਸਨੀ ਐਕਸ਼ਨ ਲਿਆ ਜਾ ਸਕਦਾ ਹੈ।